ਇੰਡੀਆ ਚ ਤਾਂ ਆਇਲਸ ਦਾ ਕੋਰਸ ਕਰਦੇ ਆ ਜੀ ਉਹ ਗਾਲਾਂ ਦਾ ਅੱਛਾ ਨਾਲੇ ਵੀਡੀਓ ਬਣਾਈ ਜਾਂਦਾ ਆ ਉੱਥੋਂ ਤਾਂ ਆਇਲਸ ਦਾ ਕੋਰਸ ਕਰਕੇ ਆਂਦੇ ਆ ਇੱਥੇ ਕੇ ਗਾਲਾਂ ਕੱਢਦੇ ਆ ਹਾਂ ਦਾਦੇ ਮਖਾਉਣੇ ਹਾਂ ਸਟੂਡੈਂਟ ਵੀਜ਼ੇ ਤੇ ਆਂਦਾ ਉਹਨਾਂ ਹੀ ਪੰਗਾ ਆ ਗਲਤ ਗੱਲ ਆ ਯਾਰ ਕਿਜੋ ਮੈਂ ਐ ਨਹੀਂ ਕਹਿੰਦਾ ਨਾ ਕਿਜੋ ਪਰ ਕੋਈ ਰੀਜ਼ਨ ਵੀ ਹੋਣਾ ਚਾਹੀਦਾ ਜੇ ਤਾਂ ਮੈਂ ਤੁਰ ਰਿਹਾ ਇੱਥੇ ਇਲੀਗਲ ਤੁਰ ਰਿਹਾ ਉਹ ਗਲਤ ਗੱਲ ਹੈ ਜੇ ਮੈਂ ਇੱਕ ਨੰਬਰ ਚ ਆਇਆ ਤਾਂ ਉਧਰ ਖਿਜਣ ਵਾਲੀ ਕੋਈ ਗੱਲ ਨਹੀਂ ਹੈ ਰਿਸਪੈਕਟ ਚਾਹੀਦੀ ਹੈ ਇੱਕ ਹੋਰ ਮੋਰ ਕਹਿੰਦੇ ਡੋਨਟ ਵਰੀ ਹੋ ਜਾ ਹਾਂ ਬਸ ਬਸ ਇਦਾਂ ਹੈ ਜੀ ਜਿਹੜੀ ਅਸੀਂ ਹੁਣ ਕਹਿੰਦੇ ਆ ਵਿੰਡੋ ਖੋਲ ਦੇ ਜਾਂ ਡੋਰ ਬੰਦ ਕਰ ਦੇ ਜਿਹੜੀਆਂ ਪੁਰਾਣੀਆਂ ਸਾਡੀਆਂ ਬੀਬੀਆਂ ਆ ਉਹ ਤਾਂ ਕਹਿੰਦੇ ਆ ਵਿੰਡਾ ਬੰਦ ਕਰ ਦੇ ਤੇ ਵਿੰਡਾ ਖੋਲ ਦੇ ਅੰਦਰ ਜੀ 1.5 ਸਾਲ ਹੋ ਗਿਆ ਕਹਿੰਦੇ ਤੁਹਾਨੂੰ ਆਇਆ ਹਾਂ ਜੀ ਕਿਹੋ ਜਿਹਾ ਲੱਗਿਆ ਮਾਹੌਲ ਆਪਣੇ ਨਾਲੋਂ ਵਧੀਆ ਨਹੀਂ ਪਹਿਲਾਂ ਕਹਿੰਦੇ ਸੀ ਬਲੈਦ ਦੇਖਣੀ ਬਲੈਦ ਦੇਖਣੀ ਮੈਂ ਕਿਹਾ ਮੈਂ ਕਹਿੰਦਾ ਹੁੰਦਾ ਸੀ ਮੈਂ ਕਿਹਾ ਪੁੱਤ ਇੱਥੇ ਬੜਾ ਔਖਾ ਜਾਂ ਹੁਣ ਆਏ ਨਾ ਹੁਣ ਕਹਿੰਦੇ ਹਾਂ ਡੈਡੀ ਹੁਣ ਸਾਨੂੰ ਪਤਾ ਲੱਗਿਆ ਕਹਿੰਦੇ ਕਹਿੰਦੇ ਜਿਹੜੇ MP ਜਿਹੜੇ MLA ਜਿਹੜੇ ਕੋਈ ਵੀ ਹੈਗੇ ਇੱਥੇ ਕੋਈ ਗੱਡੀਆਂ ਨਹੀਂ ਕੋਈ ਟ੍ਰੇਨ ਚੋਂ ਉਤਰਦੇ ਆਪਣੇ ਆਪੇ ਆਪਣੀ ਟੈਕਸੀ ਕਰਨੀ ਹੁੰਦੀ ਆਪੇ ਪਬਲਿਕ ਵਿੱਚ ਆਣਾ ਗੱਲਬਾਤ ਕਰਨੀ ਆ ਸਾਡੇ ਮੰਗ ਨਹੀਂ ਪਏ MP ਜਾਂਦਾ ਉਹਦੇ ਮਗਰ 10 ਗੱਡੀਆਂ ਪਿੱਛੇ ਲੱਗੀਆਂ 10 ਗੱਡੀਆਂ ਮੂਹਰੀਆਂ ਹੂ ਹੂ ਹੁੰਦੀ ਫਿਰਦੀ ਆ ਨਾ 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 ਅੱਛਾ ਹੋਲਡਿੰਗਾਂ ਵੀ ਨਹੀਂ ਅੰਕਲ ਨਾ 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 ਨਹੀਂ ਤਾਂ ਸਾਡੇ ਤਾਂ ਕਹਿ ਦਿੰਦੇ ਕਿ ਫਲਾਣੇ ਮੰਤਰੀ ਦੀ ਹੋਲਡਿੰਗ ਲੱਗੀ ਉੱਥੋਂ ਮੁੜ ਜਾ ਬਿਲਕੁਲ ਮਿਸਰਾ ਮੱਲਾ ਯੰਗ ਮੁੰਡੇ ਕੁੜੀਆਂ ਆਉਂਦੇ ਆ ਕੰਮ ਬੜਾ ਮਿਲਣਾ ਮੁਸ਼ਕਲ ਹੋਇਆ ਹੈ ਅੱਛਾ ਇੱਥੇ ਜਲੇਬ ਕੀ ਹੁੰਦਾ ਜੀ ਫਿਰ ਨਵੇਂ ਸ਼ਹਿਰ ਦੀ ਯਾਦ ਆਉਂਦੀ ਹੈ ਜੀ ਬਹੁਤ ਲੈ ਨਵੇਂ ਸ਼ਹਿਰ ਬਹੁਤ ਕਿ ਬੀਬੀ ਬੱਤੀ ਦੇਖਦੇ ਹੁੰਦੇ ਫਿਰ ਬੀਬੀ ਬੱਤੀ ਦੇਖਦਾ ਹੁੰਦਾ ਅੱਛਾ ਕਿਹੜੀ ਖਬਰ ਸਭ ਤੋਂ ਵਧੀਆ ਲੱਗੋ ਯਾਦ ਹੋਵੇ ਤਾਂ ਖਬਰਾਂ ਸਾਰੀਆਂ ਯਾਦ ਆ ਨਵੇਂ ਸ਼ਹਿਰ ਦੀ ਜਦੋਂ ਤੁਸੀਂ ਘੁੰਮਦੇ ਹੁੰਦੇ ਆ ਰੇਲਵੇ ਰੋਡ ਜਾਂ ਕੋਠੀ ਰੋਡ ਕੋਠੀ ਰੋਡ ਜਾਂ ਆਪਣੇ ਬੰਗਾ ਰੋਡ ਰੇਲਵੇ ਰੋਡ ਲੈ ਰੇਲਵੇ ਰੋਡ ਵਧੀਆ ਸੋ ਰੋਡ ਹੁਣ ਤੁਹਾਡੇ ਟੋਏ ਨਹੀਂ ਸਾਡੇ ਤਾਂ ਟੋਏ ਬਹੁਤ ਆ ਜੀ ਦਹੀਂ ਖਾ ਕੇ ਉਹ ਲੱਸੀ ਬਣ ਜਾਂਦੀ ਹੈ ਤਾਂ ਵੀ ਚੰਗਾ ਲੱਗਦਾ ਜੀ ਦੇ ਆਪਣੇ ਤੇਰੇ ਵਰਗੇ ਇੰਡੀਆ ਤੋਂ ਆਏ ਉਹ ਦੇ ਅਸੀਂ ਬਾਹਾਂ ਫੜ ਕੇ ਵੀ ਸਮਝਾਇਆ ਵੀ ਆ ਗੱਲ ਛੱਡ ਲਈ ਨਹੀਂ ਅਸੀਂ ਨਹੀਂ ਗੱਲ ਕਰਦੇ ਅਸੀਂ ਤਾਂ ਸਤਿਕਾਰ ਨਾਲ ਹੀ ਗੱਲ ਕਰੀਦੀ ਆ ਜੀ ਨਹੀਂ ਮੈਂ ਕਰਦੇ ਨਹੀਂ ਉਹ ਗਾਲਾਂ ਕੱਢੇ ਕੱਢਦੇ ਆ ਉਹ ਤਾਂ ਨਹੀਂ ਇੰਡੀਆ 'ਚ ਕੋਰਸੇ ਕਰਕੇ ਇਹ ਆਏ ਆ ਇੰਡੀਆ 'ਚ ਤਾਂ ਆਇਲਸ ਦਾ ਕੋਰਸ ਕਰਦੇ ਆ ਜੀ ਉਹ ਗਾਲਾਂ ਦਾ ਹੀ ਅੱਛਾ ਨਾਲੇ ਵੀਡੀਓ ਬਣਾਈ ਜਾਂਦਾ ਆ ਕਿੰਨੇ ਸਾਲ ਹੋ ਗਏ ਤੁਹਾਨੂੰ ਚਲੋ ਠੀਕ ਹੈ ਜੀ ਮਾਤਾ ਜ਼ਿਆਦਾ ਤੱਪੀਆਂ ਲੱਗਦੀਆਂ ਵੈਸੇ ਮੈਂ ਇੱਥੇ ਰਹਿਣ ਨਹੀਂ ਆਇਆ ਮੈਂ ਤਾਂ 5 ਦਿਨਾਂ ਲਈ ਆਇਆ ਜੀ ਮੈਂ ਨਵੇਂ ਸ਼ਹਿਰ ਤੋਂ ਆਇਆ ਜੀ ਮੈਂ ਪੱਕਾ ਰਹਿਣ ਨਹੀਂ ਆਇਆ ਜੀ ਮੈਂ ਮੁੜ ਜਾਣਾ ਨਵੇਂ ਸ਼ਹਿਰ ਚ ਦੋ ਭਤੀਜੇ ਵਿਆਹ ਕੇ ਆਏ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਮਾਤਾ ਬਹੁਤੀਆਂ ਤੱਪ ਲੈ ਨਾਲੇ ਤੁਸੀਂ ਧੱਕੇ ਮਾਰੀ ਜਾਂਦੇ ਨਾਲੇ ਕਹਿੰਦੇ ਰਹਿ ਲੈ ਠੀਕ ਹੈ ਮਾਤਾ ਬਹੁਤੀਆਂ ਤੱਪੀਆਂ ਮੈਨੂੰ ਸਟੂਡੈਂਟ ਸਮਝ ਲਿਆ ਕਹਿੰਦੀਆਂ ਕਿ ਨੌਜਵਾਨ ਗਾਲਾਂ ਬਹੁਤ ਕੱਢਦੇ ਆ ਹੈ ਉੱਥੋਂ ਤਾਂ ਆਇਲਸ ਦਾ ਕੋਰਸ ਕਰਕੇ ਆਉਂਦੇ ਆ ਇੱਥੇ ਕੇ ਗਾਲਾਂ ਕੱਢਦੇ ਆ ਹੈ ਦਾਦੇ ਮਖਾਉਣੇ ਹੈ ਬਹੁਤ ਗਾਲਾਂ ਕੱਢਦੇ ਆ ਹੈ ਸਾਡਾ ਜੀਣਾ ਹਰਾਮ ਕੀਤਾ ਹੈ ਪਤਾ ਨਹੀਂ ਹੋਰ ਕੀ ਕੀ ਕਹਿ ਗਈਆਂ ਹੁਣ ਬੁੜੀਆਂ ਨੂੰ ਕਹਿਤਾ ਕਿ ਮੈਂ ਮੁੜ ਜਾਣਾ ਸਿਰਫ 4 ਦਿਨ ਲਏ ਹੁਣ ਬਾਏ ਬਾਏ ਕਹੀ ਜਾਂਦੀਆਂ ਹੁਣ ਕਹੀ ਜਾਂਦੀਆਂ ਪੁੱਤ ਜੀਂਦਾ ਰਹਿ ਮਤਲਬ ਜਿਹੜਾ ਸਟੂਡੈਂਟ ਵੀਜ਼ੇ 'ਤੇ ਆਉਂਦਾ ਉਹਨਾਂ ਹੀ ਪੰਗਾ ਆ ਗਲਤ ਗੱਲ ਹੈ ਯਾਰ ਜਿਹੜਾ ਟੂਰਿਸਟ ਆ ਉਹਨਾਂ ਕੋਈ ਪੰਗਾ ਨਹੀਂ ਸਟੂਡੈਂਟ ਵੀਜ਼ੇ ਵਾਲੇ ਦਾ ਪੰਗਾ ਆ ਇਹ ਗਲਤ ਗੱਲ ਭਾਈ ਸਤਿ ਸ਼੍ਰੀ ਅਕਾਲ ਇੰਡੀਆ ਤੋਂ ਤੁਸੀਂ ਹਾਂਜੀ ਇੰਡੀਆ ਤੋਂ ਕਿੱਥੋਂ ਇੰਡੀਆ ਤੋਂ ਮਾੜੇ ਫੜ ਲਓ ਇੰਡੀਆ ਤੋਂ ਕਿੱਥੇ ਹੋ ਤੂੰ ਇੰਡੀਆ ਤੋਂ ਭਾਜੀ ਪਾਣੀਪਤ ਤੋਂ ਪਾਣੀ ਹਰਿਆਣਾ ਹਰਿਆਣਾ ਤੋਂ ਪਰ ਪੰਜਾਬੀ ਸੋਹਣੀ ਬੋਲਦੇ ਹੋ ਤੁਸੀਂ ਥੈਂਕ ਯੂ ਭਾਈ ਕਿੰਨੀ ਦੇਰ ਹੋ ਗਈ ਇੱਥੇ ਆਏ ਹੋ ਗਏ ਜੀ 5-6 ਦਿਨ ਹੋ ਗਏ 5-6 ਦਿਨ ਹੋਇਆ ਅੱਛਾ ਕਿੰਨਾ ਇੰਨੇ ਕੁ ਦਿਨ ਮੈਨੂੰ ਹੋਏ ਆ ਕਿਹੜਾ ਬਿਹਤਰ ਲੱਗਿਆ ਮਾਹੌਲ ਮਾਹੌਲ ਤੋਂ ਵਧੀਆ ਦੇਖੋ ਵੀਰੇ ਮਾਹੌਲ ਤੋਂ ਹੈ ਨਾ ਇਹ ਤਾਂ ਸਭ ਨੂੰ ਪਤਾ ਹੈ ਕਿ ਬਈ ਜਾ ਕੇ ਥੋੜ੍ਹਾ ਬਹੁਤ ਤੋਂ ਸਟਰਗਲ ਕਰਨਾ ਪੈਣਾ ਜੀ 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 ਤੋ ਉਹ ਸਟਰਗਲ ਮੇਰਾ ਮਹੀਨਾ ਚੱਲਦਾ ਹੈ ਹਫਤਾ ਚੱਲਦਾ ਹੈ 2 ਹਫਤੇ ਚੱਲਦਾ ਹੈ ਉਹ ਦੇਖਣ ਵਾਲੀ ਗੱਲ ਹੈ ਤੁਸੀਂ ਡੈਡੀਕੇਟਿਡ ਹੋ ਹਾਂਜੀ ਪੂਰਾ ਮਨ ਦਾ ਇਰਾਦਾ ਪੱਕਾ ਹੈ ਮਨ ਦਾ ਇਰਾਦਾ ਪੱਕਾ ਹੈ ਇਹਨਾਂ ਤਾਂ ਪਤਾ ਸੀਗਾ ਕਿ ਰਿਸੈਸ਼ਨ ਚੱਲ ਰਿਹਾ ਪੂਰੇ ਵਰਲਡ 'ਚ ਚੱਲ ਰਿਹਾ ਹੈ ਕੈਨੇਡਾ 'ਚ ਵੀ ਚੱਲ ਰਿਹਾ ਹਾਂ ਤਾਂ ਅੱਛਾ ਇੱਕ ਲਾਸਟ ਸਵਾਲ ਪੁੱਛਣਾ ਮੈਨੂੰ ਦੁਬਿਧਾਈ ਹੁਣ ਮੈਂ ਇੱਥੇ ਬੀਬੀਆਂ ਨਾਲ ਗੱਲ ਕਰ ਰਿਹਾ ਸੀ ਕਿ ਮੈਂ ਤਾਂ ਵਿਜ਼ਿਟਰ ਵੀਜ਼ੇ 'ਤੇ ਹਾਂ ਮੈਂ ਮੁੜ ਜਾਣਾ ਨੂੰ ਅਤੇ ਬੀਬੀਆਂ ਮੈਨੂੰ ਦੇਖ ਕੇ ਥੋੜ੍ਹੀ ਖਿੱਚ ਗਈਆਂ ਕਹਿੰਦੇ ਲੈ ਸਟੂਡੈਂਟ ਆਈ ਜਾਂਦੇ ਇਹ ਤੁਹਾਨੂੰ ਵੀ ਦਿੱਕਤ ਫੇਸ ਕਰਨੀ ਪਈ ਨਹੀਂ ਹਾਲੇ ਤੱਕ ਤਾਂ ਇਹੋ ਜਿਹਾ ਕੁਛ ਨਹੀਂ ਹੋਇਆ ਬਾਕੀ ਜੇ ਹੋਊਗਾ ਤਾਂ ਇਹ ਬਹੁਤ ਗਲਤ ਗੱਲ ਹੈ ਇਹੋ ਜਿਹਾ ਹੋਣਾ ਤੁਹਾਨੂੰ ਚਾਹੀਦਾ ਉਹ ਵੀ ਇੰਡੀਅਨ ਨੇ ਅਤੇ ਆਪ ਉਹ ਵੀ ਕਦੇ ਸਟੂਡੈਂਟ ਵੀਜ਼ਾ 'ਤੇ ਹੀ ਆਈ ਹੋਣੀ ਹੈ ਕਿ ਸਿੱਧਾ PR ਤੋਂ ਉਹਨਾਂ ਨੂੰ ਦੇ ਬੱਚੇ ਸਟੂਡੈਂਟ ਵੀਜ਼ਾ 'ਤੇ ਆਏ ਹੋਣੇ ਉਹਨਾਂ ਦੇ ਬੱਚੇ ਆਏ ਹੋਣੇ ਆ ਅਤੇ ਸਿੱਧਾ PR ਤੋਂ ਕਿਸੇ ਨੂੰ ਨਹੀਂ ਮਿਲਦੀ ਕਿਸੇ ਨਾ ਕਿਸੇ ਟਾਈਪ 'ਤੇ ਹੀ ਆਏ ਹੋਣੇ ਆ ਜਿਹੜੇ ਆਏ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਕਿ ਬਈ ਆਪਣਾ ਦੇਸ਼ ਤਰੱਕੀ ਕਰ ਰਿਹਾ ਅੱਗੇ ਵਧ ਰਿਹਾ ਅਤੇ ਜੇ ਖਿੱਜਣਗੇ ਤਾਂ ਫਿਰ ਬਹੁਤ ਅੱਛਾ ਜਿਹੜੇ ਨੌਜਵਾਨ ਇੱਥੇ ਆਏ ਆ ਉਹ ਕਿਸੇ ਬਲਬੂਤੇ 'ਤੇ ਆਏ
ना बिल्कुल पढ़ाई करके आयल्स करके जो अच्छी कोई डिग्री की होने तो जो कोई स्किल होनी है ताही आए ना बिल्कुल जी बिल्कुल मैं आयल्स की है मेरे 6.5 बैंड ने मैं पूरी प्रिपरेशन करके आया कोई 2 नंबर च आया नहीं है खिजो मैं ए नहीं कहता ना खिजो पर कोई रीजन होना चाहिए जे तो मैं तुर रहा इतने इलीगल तुर रहा गलत गल है जे मैं 1 नंबर च आया तो उधर खिजन वाली कोई गल नहीं है रिस्पेक्ट चाहिए है मैं स्ट्रगल करके आया तो स्ट्रगल कर भी रहा जी चलो भाई जी बहुत शुक्रिया बहुत मेहरबानी थैंक यू ठीक है जी परमात्मा तुम चढ़ती कला च रखे जी मिल गए और भाजी मिल गए हरविंदर जी मिल गए राणेवाल तो अंकल जी किन्नी देर होगी तुम इतने आए हुए मैं होगा जी 35 साल तो हो ही गए अच्छा 19 मेरी उम्र है जी हाँ जी तो ठीक है जी पर लॉन्ग टाइम हो गया काका हरविंदर तो मेरा 1.5 साल होया इन तो बहुत ही थोड़ा चले होया ना आया पर सानू लॉन्ग टाइम हो गया हूँ तो जा भी 2-3 साल बाद जा हों करके चलो तो हूँ ट्राई करते भी हूँ न्याणे इतने आ गए सारे भी हूँ छेती छेती जाया करिए जाके उत्थे नवें शहर का अपने इलाके सारे का हाल चाल देखिए कि हूँ तो नादा एक बाईपास वगैरह बहुत बन गया सारे कहते हूँ तो सारा इलाका तरक्की कर गया सारा जिन्ना सर थोड़ियाँ उदा अभी वीडियो जगह सारिया अभी ऑनलाइन फेसबुक हम देखते रहने न्याणे भी देखते रहने सारे जने पर देख के बड़ा आनंद आता जब अपने इलाके देखे पीवी बत्ती वाले साडे सूरी साहब बोलते हैं सानू बड़ा मजा आता देख के हाँ जी इस करके चलो आशीर्वाद है जी अच्छा अंकल जी 35 साल तो लैके हुण तक किन्ना क परिवर्तन आ गया जे आप गल करिए यूके दे अंदर यूके तो बहुत परिवर्तन आ गया जी पहला तो जिहड़ा सीगा असीं तां फैक्ट्रियां च कम करदे रहे पहला ते पहला 5-6 साल तो मैं भी गुरुद्वारे ग्रंथी ड्यूटी करके कीता ते उदों बाद विच पक्के होण तों बाद विच फिर तो 16-17 साल फैक्ट्री च कम कीता गोरियां दे विच उत्थे करदे रहे ते फिर न्याणियां नूं इत्थे मंगा सारा कुछ करके परिस्थितियां बदलियां पहला नालों बहुत चेंज आ जी हुण ते बहुत चेंज आ हुण तो सारा मीडिया आ गया ਸਾਡੇ ਜ਼ਮਾਨੇ ਵਿੱਚ ਤਾਂ ਮੋਬਾਈਲ ਤੱਕ ਪਾਸੇ ਅੱਛਾ ਇਹ ਇੰਟਰਸਟਿੰਗ ਗੱਲ ਹੈ ਹਾਂਜੀ ਸਾਡੇ ਮੋਬਾਈਲ ਪੰਜਾਬ ਦੀ ਖਬਰ ਕਿੱਦਾਂ ਮਿਲਦੀ ਸੀ ਸਾਨੂੰ ਤਾਂ ਇਹਨਾਂ ਨੂੰ ਚਿੱਠੀਆਂ ਰਾਹੀਂ ਅਸੀਂ ਪੁੱਛਦੇ ਹੁੰਦੇ ਸੀ ਜੇ ਕਿਤੇ ਫੋਨ ਕਰਨਾ ਤਾਂ 20 ਕੋਇਨ ਹੱਥ 'ਚ ਫੜ ਲੈਣੇ ਪਬਲਿਕ ਬੂਥ ਬਾਹਰ ਲੱਗਾ ਹੁੰਦਾ ਸੀ ਉੱਥੇ ਇਹਨਾਂ ਨੂੰ ਫੋਨ 'ਤੇ ਕਹਿਣਾ ਵੀ ਆਪਣੀ ਤੁਸੀਂ ਲੈ ਕੇ ਚਿੱਠੀ ਪਾ ਦਿਓ ਸਾਡੀ ਪਹਿਲਾਂ ਸੁਣ ਲਓ ਜੋ ਅਸੀਂ ਕਹਿੰਦੇ ਹਾਂ ਠੀਕ ਹੈ ਠੀਕ ਅਤੇ ਫਿਰ ਇਹਨਾਂ ਨੇ ਚਿੱਠੀ ਲੈ ਕੇ ਪਾਉਣੀ ਫਿਰ ਚਿੱਠੀ ਅਸੀਂ ਉਹਦਾ ਜਵਾਬ ਚਿੱਠੀ 'ਚ ਦੇਣਾ ਅਤੇ ਫੋਨ ਬਹੁਤ ਮਹਿੰਗਾ ਹੁੰਦਾ ਸੀ ਮੋਬਾਈਲ ਫੋਨ ਤਾਂ ਉਦੋਂ ਸਟਾਰਟ ਪਹਿਲਾਂ ਸੀ ਹੋਇਆ ਅਤੇ ਜਿਹੜੇ ਬਾਹਰ ਪਬਲਿਕ ਬੂਥ ਲੱਗੇ ਹੁੰਦੇ ਉਹਨਾਂ 'ਚ ਫੋਨ ਕਰਦੇ ਹੁੰਦੇ ਸੀ ਅਸੀਂ ਅਤੇ ਜੇ ਲੈਂਡਲਾਈਨ ਤੋਂ ਘਰੋਂ ਕਰਨਾ ਤਾਂ ਲੈਂਡਲਾਈਨ 'ਤੇ ਕਾਰਡ ਵਗੈਰਾ ਕੁਛ ਨਹੀਂ ਸੀ ਨਾ ਕੋਈ ਹੁੰਦਾ ਸੀ ਫੋਨ ਕਾਰਡ ਹੁੰਦਾ ਸੀ ਕੁਛ ਨਾ ਸੀ ਹੁੰਦਾ ਗੱਲ ਮੈਨੂੰ ਬੜੀ ਵਧੀਆ ਲੱਗੀ ਜਿੱਦਾਂ ਹੁਣ ਹਰਦੀਪ ਜੀ ਆ ਹਾਂਜੀ ਜਾਂ ਇੱਥੋਂ ਸਟੂਡੈਂਟ ਹੀ ਆਉਂਦੇ ਆ 2 ਸਾਲ ਬਾਅਦ ਤਾਂ ਗੱਲ ਸ਼ੁਰੂ ਹੁੰਦੀ ਕਿਤੇ ਮੈਂ ਜਦੋਂ ਗਿਆ ਸੀਗਾ ਕਿਤੇ ਮੁੜ ਕੇ ਮੇਰਾ ਜਾਣ ਨੂੰ ਦਿਲ ਨਹੀਂ ਕਰਦਾ ਤੁਹਾਡੀ ਬਾਣੀ ਬਹੁਤ ਮਿੱਠੀ ਸਾਡੀ ਜਿਹੜੀ ਸਾਡੀ ਪੰਜਾਬੀ ਅਸੀਂ ਠੇਠ ਅਸੀਂ ਇੰਡੀਆ ਵਾਲੀ ਬੋਲਦੇ ਹਾਂ ਇਹ ਨਿਆਣੇ ਇੱਥੇ ਜੰਪਲ ਹੈ ਸਾਰੇ ਜਿਹੜੇ ਹਰਦੀਪ ਇੱਥੇ ਦਾ ਜੰਪ ਹੋ ਗਿਆ ਕਿ ਜਦੋਂ ਆ ਕੇ ਨਾ ਪ੍ਰਭਾਵਿਤ ਹੋ ਜਾਂਦੇ ਪਰ ਨਹੀਂ ਫਿਰ ਕਈ ਬਹੁਤ ਥੋੜੇ ਦਿਖਾਣ ਨੂੰ ਵੀ ਕਰਦੇ ਪਏ ਸੀ ਇੰਗਲੈਂਡ ਆਇਓ ਪਏ ਅਸੀਂ ਇਦਾਂ ਦੀ ਬੋਲੀਏ ਕਿਤੇ ਠੰਡ ਬਹੁਤ ਹੈ ਨਹੀਂ ਇੱਥੇ ਠੰਡ ਨਹੀਂ ਹੈ ਨਹੀਂ ਉਦਾਂ ਠੀਕ ਹੈ ਸਾਡੀ ਤਾਂ ਠੇਠ ਪੰਜਾਬੀ ਆ ਬਿਲਕੁਲ ਅਸੀਂ ਤਾਂ ਵਿਆਕਰਨ ਨਾਲ ਗ੍ਰਾਮਰ ਨਾਲ ਸਾਰੀ ਬੋਲਦੇ ਹਾਂ ਹਾਂਜੀ ਅੱਜ ਕੱਲ੍ਹ ਦੇ ਜਿਹੜੇ ਨਿਆਣੇ ਆ ਉਹ ਹੁਣ ਅਗੇ ਇੱਥੇ ਤਾਂ ਬਸ 2 ਚੀਜ਼ਾਂ ਰਹਿ ਗਈਆਂ ਓਕੇ ਤੇ ਹੀ ਹੈ ਇੱਕ ਹੋਰ ਬੋਲ ਕਹਿੰਦੇ ਡੋਂਟ ਵਰੀ ਹੋ ਜਾ ਹਾਂ ਬਸ ਬਸ ਇਦਾਂ ਹੀ ਆ ਜੀ ਜਿਹੜੀ ਅਸੀਂ ਹੁਣ ਕਹਿੰਦੇ ਆ ਵਿੰਡੋ ਖੋਲਦੇ ਜਾਂ ਡੋਰ ਬੰਦ ਕਰਦੇ ਜਿਹੜੀਆਂ ਪੁਰਾਣੀਆਂ ਸਾਡੀਆਂ ਬੀਬੀਆਂ ਉਹ ਤਾਂ ਕਹਿੰਦੇ ਆ ਵਿੰਡਾ ਬੰਦ ਕਰਦੇ ਤੇ ਵਿੰਡਾ ਖੋਲਦੇ ਹਾਂ ਜੀ ਬਸ ਇਦਾਂ ਕਰਦੀਆਂ ਉਹ ਤਾਂ ਬਸ ਇਦਾਂ ਦਾ ਕੰਮ ਹੈਗਾ ਜੀ ਬਾਕੀ ਹਰਵਿੰਦਰ ਭਾਜੀ ਵੀ ਆਇਆ ਔਰ ਕਿਸਾਨੀ ਅੰਦੋਲਨ ਦੌਰਾਨ ਬੜਾ ਯੋਗਦਾਨ ਰਿਹਾ ਪਿੰਡ ਰੱਕਣਾ ਦਾ ਅੰਕਲ ਹੁਣੇ ਵੀ ਯੋਗਦਾਨ ਕਰਦੇ ਰਹੇ ਆ ਵੀਰ ਹਰਵਿੰਦਰ ਹਾਂ ਜੀ ਤੇ ਉਹ ਜਿਹੜਾ ਮਨਦੀਪ ਹੈਗਾ ਆਪਣੇ ਤੁਹਾਡਾ ਫਰੈਂਡ ਜਿਹੜਾ ਹੈਗਾ ਆ ਅਸੀਂ ਉਹ ਦੌਲਤਪੁਰ ਤੋਂ ਮੁੰਡਾ ਐਮਐਲਏ ਹਾਂ ਜੀ ਐਮਐਲਏ ਜੀ ਨੂੰ ਸਾਦੇ ਆ ਉਹ ਹਰਵਿੰਦਰ ਉਹਨਾਂ ਦੇ ਮਾਮੇ ਦਾ ਮੁੰਡਾ ਆ ਰਵਿੰਦਰ ਜੀ 1.5 ਸਾਲ ਹੋ ਗਿਆ ਕਹਿੰਦੇ ਤੁਹਾਨੂੰ ਆਇਆ ਹਾਂ ਜੀ ਕਿਹੋ ਜਿਹਾ ਲੱਗਿਆ ਮਾਹੌਲ ਆਪਣੇ ਨਾਲੋਂ ਵਧੀਆ ਨਹੀਂ ਆਪਣੇ ਨਾਲ ਵਧੀਆ ਨਹੀਂ ਪਰ ਹੁਣ ਡੈਡੀ ਦੀ ਛਤਰ ਛਾਇਆ ਚ ਨਹੀਂ ਡੈਡੀ ਦੀ ਛਤਰ ਛਾਇਆ ਚ ਫਿਰ ਵੀ ਠੀਕ ਹੈ ਉੱਥੇ ਘੁੰਮਦੇ ਫਿਰਦੇ ਆਪਣਾ ਜੋ ਵੀ ਆਪਣੇ ਨਾਲ ਦੀ ਪੰਜਾਬ ਨਾਲ ਦੀ ਮੌਜ ਕਿਤੇ ਨਹੀਂ ਹੋ ਜੀ ਜੀ ਪਰ ਹਾਂ ਮਜਬੂਰੀਆਂ ਕਰਕੇ ਤੰਗੀਆਂ ਕਰਕੇ ਚਲੋ ਸਾਨੂੰ ਕਰਨਾ ਪੈ ਜਾਂਦਾ ਬਾਹਰ ਪਰ ਅਸਲ ਗੱਲਬਾਤ ਆਪਣੇ ਪੰਜਾਬ ਦੀ ਹੈ ਫੈਮਿਲੀ ਨਾਲ ਹੀ ਆਈਏ ਫੈਮਿਲੀ ਨਾਲ ਆ ਹਾਂ ਪੰਜਾਬ ਦਾ ਉੱਥੇ ਲੰਡਨ ਆ ਤੁਸੀਂ ਮੈਨੂੰ ਤਾਂ ਹਰਵਿੰਦਰ ਨੇ ਜਦੇ ਕਿਹਾ ਕਹਿੰਦਾ ਡੈਡੀ ਤੁਸੀਂ ਉਹਨੂੰ ਘਰੇ ਲਿਆਓ ਮੰਗਾਓ ਅਸੀਂ ਸਾਡੇ ਕੋਲ ਰਹਿਣ ਇੱਥੇ ਆ ਕੇ ਗੱਲਬਾਤ ਸੀ ਸਾਨੂੰ ਤਾਂ ਚਾਹ ਸੀਗਾ ਹੈ ਜੀ ਨਹੀਂ ਬੜਪਣ ਨਹੀਂ ਜਦੋਂ ਤੁਸੀਂ ਆਏ ਆ ਸਾਡੇ ਇਲਾਕੇ ਚੋਂ ਕੋ ਆਵੇ ਸਾਨੂੰ ਚਾਹ ਹੁੰਦਾ ਵੀ ਸਾਡੇ ਕੋ ਅਗਲਾ ਰਹੇ ਆ ਕੇ ਗੱਲਬਾਤ ਕਰੇ ਯਾਰਾਂ ਦੋਸਤਾਂ ਦੀ ਯਾਦ ਆਉਂਦੀ ਫਿਰ ਪੂਰੀ ਜੀ ਪੂਰੀ ਮਹਾਰਾਜ ਪਿੰਡ ਦੋਸਤ ਪਿੰਡ ਰੱਕੜਾਂ ਦੀ ਯਾਦ ਆਉਂਦੀ ਹੈ ਨੇ ਰੱਕੜਾਂ ਨਾਲੇ ਆ ਜਾਣੀ ਕਿ ਰਿਸ਼ਤੇਦਾਰੀ ਚ ਅਸਲ ਪਿੰਡ ਰਾਣੇ ਵਾਲਿਆ ਅੱਛਾ ਰਾਣੇ ਵਾਲ ਰੱਕੜ ਆਪਣਾ ਭਰਾ ਆ ਜਿੱਦਾਂ ਮਿਲ ਚ ਸ਼ੁਕਰ ਮਿਲ ਚ ਨਵਾਂ ਸ਼ਹਿਰ ਕੰਮ ਕਰ ਰਿਹਾ ਤਾਂ ਆਪਣੇ ਸਾਰੇ ਭਰਾ ਵਧੀਆ ਆ ਜਿੱਦਾਂ ਚਲੋ ਵਧੀਆ ਤੁਹਾਡੇ ਨਾਲ ਮਿਲ ਵਰਤਣ ਹੈ ਤਾਂ ਵਧੀਆ ਚੱਲ ਰਿਹਾ ਯਾਦ ਤਾਂ ਬਹੁਤ ਆਉਂਦੀ ਹੈ ਹੁਣ ਕੀ ਕਰੀਏ ਮਜਬੂਰੀ ਨਹੀਂ ਪਹਿਲਾਂ ਕਹਿੰਦੇ ਸੀ ਬੁਲਾਇਆ ਦੇਖਣੀ ਮੈਂ ਕਹਿੰਦਾ ਹੁੰਦਾ ਸੀ ਮੈਂ ਕਿਹਾ ਪੁੱਤ ਇੱਥੇ ਬੜਾ ਔਖਾ ਜਾਂ ਹੁਣ ਆਏ ਨਾ ਹੁਣ ਕਹਿੰਦੇ ਹਾਂ ਡੈਡੀ ਹੁਣ ਸਾਨੂੰ ਪਤਾ ਲੱਗਿਆ ਕਹਿੰਦੇ ਵੀ ਹਾਂ ਵੀ ਬੁਲਾਇਆ ਤਾਂ ਔਖੀ ਆ ਕੋਈ ਸਭ ਤੋਂ ਵੱਧ ਮਹੱਤਵਪੂਰਨ ਚੀਜ਼ ਜਿਹੜੀ ਚੰਗੀ ਲੱਗੀ ਆ ਕੋਈ ਸਿਸਟਮ ਬਹੁਤ ਗੁੱਡ ਆ ਸਿਸਟਮ ਇੱਥੇ ਦਾ ਸਿਸਟਮ ਗੁੱਡ ਆ ਆਪਣੇ ਸਿਸਟਮ ਕਰਪਟ ਆ ਥੋੜਾ ਇੱਥੇ
ਸਿਸਟਮ ਦਾ ਬਹੁਤ ਵਧੀਆ ਮਤਲਬ ਜੇ ਕਿਊ ਚ ਲੱਗੇ ਆ ਤਾਂ ਜਦੋਂ ਟਾਈਮ ਹੈ ਉਦੋਂ ਵਾਰੀ ਆਣੀ ਇਹ ਨਹੀਂ ਕੋਈ ਐਮਐਲਏ ਨਾ ਜੀ ਨਾ ਆਪਾਂ ਐਮਪੀ ਆ ਚਾਹੇ ਪ੍ਰਾਈਮ ਮਿਨਿਸਟਰ ਆ ਕੋਈ ਵੀ ਆ ਵਾਰੀ ਸਿਰੇ ਜਾਣਾ ਪਊਗਾ ਇੱਥੇ ਦੇ ਐਮਪੀ ਦਾ ਜਿਹੜੇ ਐਮਪੀ ਜਿਹੜੇ ਐਮਐਲਏ ਜਿਹੜੇ ਕੋਈ ਵੀ ਹੈਗੇ ਇੱਥੇ ਕੋਈ ਗੱਡੀਆਂ ਨਹੀਂ ਕੋਈ ਟ੍ਰੇਨ ਚੋਂ ਉਤਰਦੇ ਆਪਣੇ ਆਪੇ ਆਪਣੀ ਟੈਕਸੀ ਕਰਨੀ ਆਪੇ ਪਬਲਿਕ ਵਿੱਚ ਆਉਣਾ ਗੱਲਬਾਤ ਕਰਨੀ ਆ ਸਾਡੇ ਮੰਗ ਨਹੀਂ ਪਏ ਐਮਪੀ ਜਾਂਦਾ ਉਹਦੇ ਮਗਰ 10 ਗੱਡੀਆਂ ਪਿੱਛੇ ਲੱਗੀਆਂ 10 ਗੱਡੀਆਂ ਮੂਹਰੇ ਲੱਗੀਆਂ ਹੂ ਹੂ ਹੁੰਦੀ ਫਿਰਦੀ ਬਿਲਕੁਲ ਨਹੀਂ ਬਿਲਕੁਲ ਨਹੀਂ ਰਾਣੀ ਦੇ ਕਿੰਗ ਨੇ ਆਉਣਾ ਪਹਿਲਾਂ ਰਾਣੀ ਹੁੰਦੀ ਸੀ ਹੁਣ ਕਿੰਗ ਆ ਚਾਰਲਸ ਜੇ ਉਹਨਾਂ ਨੇ ਆਉਣਾ ਉਹਨਾਂ ਵਾਸਤੇ ਸਪੈਸ਼ਲ ਹੈ ਜਿਹੜੇ ਕਿੰਗ ਹੈਗੇ ਆ ਬਾਕੀ ਚਾਹੇ ਪ੍ਰਾਈਮ ਮਿਨਿਸਟਰ ਆ ਚਾਹੇ ਕੋਈ ਹੈਗਾ ਆ ਐਮਪੀ ਆ ਚਾਹੇ ਕੋਈ ਅਹੁਦੇਦਾਰ ਚਾਹੇ ਕੌਂਸਲਰ ਆ ਆਪਣੀ ਟੈਕਸ ਸਾਡੇ ਤਾਂ ਮਹਾਰਾਜ ਉੱਥੇ ਫੋਟੋਆਂ ਕਿੰਨੀਆਂ ਲੱਗੀਆਂ ਨਾ ਜੀ ਨਾ ਸਾਡੇ ਤਾਂ ਉੱਥੇ ਆਲੇ ਦੁਆਲੇ ਪਹਿਲਾਂ ਤਾਂ ਲੋਕਾਂ ਨੂੰ ਪਬਲਿਕ ਨੂੰ ਬੜਾ ਤੰਗ ਕਰਦੇ ਆਲੇ ਦੁਆਲੇ ਖੜੇ ਹੁੰਦੇ ਲੱਲਾ ਲੱਲਾ ਹੁੰਦੀ ਆਉਂਦੀ ਆ ਪਿੱਛੇ ਆ ਗਿਆ ਆ ਗਿਆ ਪਿੱਛੇ ਅੱਗ ਲੱਗ ਜਵੇ ਪਰ ਮਰਜ਼ੀ ਹੋ ਜਾਏ ਜੀ ਉਹਨਾਂ ਨੂੰ ਰਾਹ ਚਾਹੀਦਾ ਇੱਥੇ ਸਾਡੇ ਕੋਈ ਗੱਲ ਨਹੀਂ ਸਾਡੇ ਜਿਹੜਾ ਕੋਈ ਬੜਾ ਬੰਦਾ ਜਿਹੜਾ ਹੈਗਾ ਉਹ ਆਪਣੀ ਜਿਹੜੀ ਹੈਗਾ ਟ੍ਰੇਨ ਤੋਂ ਉਤਰਦੇ ਆ ਆਪਣੀ ਟੈਕਸੀ ਕਰਦੇ ਆ ਫਿਰ ਸਾਨੂੰ ਕੋਲ ਐਂ ਤੇ ਪਾ ਲੱਗਦਾ ਨਾ ਜੀ ਨਾ ਬਿਲਕੁਲ ਸਿਸਟਮ ਬਹੁਤ ਗੁੱਡ ਹੈ ਸਿਸਟਮ ਦਾ ਆ ਕੇ ਤੁਸੀਂ ਕੋਈ ਇੰਗਲਿਸ਼ ਦਾ ਵਰਡ ਸਿੱਖਿਆ ਹੋਵੇ ਜਿਹੜਾ ਜ਼ਿਆਦਾ ਇੱਥੇ ਵਰਤਦੇ ਆ ਨਹੀਂ ਕੁਝ ਆਲਰਾਈਟ ਹੈ ਆਲਰਾਈਟ ਹੈ ਬਸ ਆਲਰਾਈਟ ਸਿੱਖ ਲਿਆ ਨਾ ਹੈਗਾ ਜੀ ਮੈਂ ਭਾਜੀ ਇੱਕ ਅੱਜ ਇੱਕ ਸਿੱਖਿਆ ਮੈਨੂੰ ਨਾ ਮੈਂ ਜਦੋਂ ਰੈੱਡ ਫੋਰਟ ਸੀਗਾ ਜੀ ਜੀ ਉਸ ਤੋਂ ਬਾਅਦ ਹੁਣ ਕਮੈਂਟਰੀ ਆ ਹਾਂਜੀ ਹਾਂਜੀ ਇੱਕੋ ਚੀਜ਼ ਪੁੱਛਦੇ ਰਹਿੰਦੇ ਆ ਜੇ ਤਾਂ ਕਹਿੰਦੇ ਦੁੱਧ ਪੀਣਾ ਨਹੀਂ ਤੂੰ ਸ਼ੋਰ ਆ ਹਾਂਜੀ ਫਿਰ ਕਹਿੰਦੇ ਚਿਕਨ ਖਾਣਾ ਮੈਂ ਕਿਹਾ ਨਹੀਂ ਕਹਿੰਦੇ ਤੂੰ ਸ਼ੋਰ ਆ ਹਾਂਜੀ ਫਿਰ ਕਹਿੰਦੇ ਕੋਲਡ ਡਰਿੰਕ ਪੀਣਾ ਮੈਂ ਕਿਹਾ ਨਹੀਂ ਤੂੰ ਸ਼ੋਰ ਆ ਮੈਂ ਕਿਹਾ ਸ਼ੋਰ ਨਹੀਂ ਮੈਂ 35 ਸਾਲਾਂ ਦਾ ਕਹਿੰਦੇ ਉਹ ਨਹੀਂ ਇੰਗਲਿਸ਼ ਵਾਲਾ ਸ਼ੋਰ ਕਹਿੰਦੇ ਸ਼ੋਰ ਦਾ ਮਤਲਬ ਇਹ ਹੁੰਦਾ ਕਿ ਵਾਕਿਆ ਨਹੀਂ ਤੂੰ ਪੀਣਾ ਜਿੱਦਾਂ ਅਸੀਂ ਕਹਿੰਦੇ ਗੱਲ ਬਾਪੀ ਨਹੀਂ ਤੂੰ ਤਿਬਕਾ ਲੈ ਅਸੀਂ ਕਹਿੰਦੇ ਅੱਧਾ ਕੱਪ ਲੈ ਲੈ ਜਾਂ ਪਾਣੀ ਲੈਦਾ ਕਰਕੇ ਅਸੀਂ ਕਹਿੰਦੇ ਮਤਲਬ ਤੇਰੇ ਮਨ ਚ ਨਾ ਕੋਈ ਸ਼ੇਰ ਦਾ ਮਤਲਬ ਹੁੰਦਾ ਵੀ ਤੂੰ ਸ਼ੋਰ ਆ ਮਤਲਬ ਇਹ ਇਦਾਂ ਨਾ ਕਹੇ ਵੀ ਹਾਂ ਵੀ ਮੈਨੂੰ ਪੁੱਛਿਆ ਨਹੀਂ ਇਹਦਾ ਮਤਲਬ ਹੁੰਦਾ ਇਸ ਕਰਕੇ ਫਿਰ ਰਿਸਪੈਕਟ ਵਿੱਚ ਕੋਈ ਫਰਕ ਨਾ ਪਵੇ ਵੀ ਤੂੰ ਵਾਕਿਆ ਹੀ ਨਹੀਂ ਪੀਣਾ ਹੈਗਾ ਹੈ ਨਾ ਇਦਾਂ ਨਾ ਸੋਹੋ ਰੋਡ ਤੇ ਮੌਜੂਦ ਹੈ ਔਰ ਸਾਨੂੰ ਸਾਡੇ ਨਵਾਂ ਸ਼ਹਿਰ ਤੋਂ ਅੰਕਲ ਜੀ ਮਿਲ ਗਏ ਰਚਨਾ ਜਵੈਲਰਸ ਇਹਨਾਂ ਦੀ ਇੱਥੇ ਜਵੈਲਰੀ ਸ਼ਾਪ ਹੈ ਔਰ ਪੂਰੇ ਸੋਹੋ ਰੋਡ 'ਚ ਸਭ ਤੋਂ ਮਸ਼ਹੂਰ ਬਰਮਿੰਗਮ ਸਭ ਤੋਂ ਮਸ਼ਹੂਰ ਅੰਕਲ ਜੀ ਨਵਾਂ ਸ਼ਹਿਰੋਂ ਪਿੱਛੋਂ ਕਿੱਥੋਂ ਤੁਸੀਂ ਜੀ ਨਵਾਂ ਸ਼ਹਿਰ ਮਿਸਰਾ ਮੱਲਾ ਤੇ ਆਪਣਾ ਸ਼ੁਭ ਨਾਮ ਅਨਿਲ ਕੁਮਾਰ ਕਸ਼ਯਪ ਅਨਿਲ ਕੁਮਾਰ ਕਸ਼ਯਪ ਜੀ ਮਿਸਰਾ ਮੱਲਾ ਅੱਛਾ ਅੰਦਰ ਵੀ ਮਸਾਲਾ ਰੱਖਿਆ ਸੀ ਤੁਸੀਂ ਨਹੀਂ ਨਹੀਂ ਉਹ ਮੈਂ ਜਿਊਲਰੀ ਦਾ ਹੀ ਕੰਮ ਕਰ ਰਿਹਾ ਸੀ ਜਿਹੜਾ ਅੱਛਾ ਜੀ ਪੋਲਿਸ਼ਿੰਗ ਦਾ ਉਹੀ ਕੰਮ ਕਰ ਰਹੇ ਸੀ ਕਿੰਨੀ ਦੇਰ ਹੋ ਗਈ ਇੱਥੇ ਆਏ ਨੂੰ ਜੀ ਮੈਨੂੰ 1988 ਚ ਮੈਂ ਆਇਆ ਸੀਗਾ ਇੱਥੇ ਅੱਛਾ ਜੀ ਸੋ ਲਾ ਲਓ ਤੇ ਕਿੰਨਾ ਕੁ ਬਦਲਿਆ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਅਸੀਂ ਜਦੋਂ ਆਏ ਸੀਗੇ ਉਹਨਾਂ ਦਿਨਾਂ 'ਚ ਜਿਹੜਾ ਵੀ ਬੰਦਾ ਆਉਂਦਾ ਸੀ ਆਉਂਦੇ ਹੀ ਕੰਮ ਮਿਲ ਜਾਂਦਾ ਹੁੰਦਾ ਸੀ ਅੱਜ ਕੱਲ੍ਹ ਤਾਂ ਇੰਨੇ ਹਾਲਾਤ ਬਦਲ ਚੁੱਕੇ ਆ ਅਤੇ ਲੋਕ ਆਉਂਦੇ ਆ ਮੁੰਡੇ ਆਉਂਦੇ ਯੰਗ ਮੁੰਡੇ ਕੁੜੀਆਂ ਆਉਂਦੇ ਆ ਕੰਮ ਬੜਾ ਮਿਲਣਾ ਮੁਸ਼ਕਲ ਹੋਇਆ ਇੱਥੇ ਜਲੇਬੀਆਂ ਵੀ ਮਿਲਦੀਆਂ ਅੱਗੇ ਜਲੇਬੀਆਂ ਨਾਲ ਹੀ ਜਗ੍ਹਾ ਜਗ੍ਹਾ ਇੱਧਰ ਵੀ ਸੱਜੇ ਹੱਥ ਵੀ ਖੱਬੇ ਹੱਥ ਵੀ ਜਗ੍ਹਾ ਜਗ੍ਹਾ ਜਲੇਬੀਆਂ ਮਿਠਾਈ ਦੀਆਂ 5-6 ਦੁਕਾਨਾਂ ਇੱਥੇ ਨੇੜੇ ਤੇੜੇ ਹੀ ਆ ਅੱਛਾ ਇੰਡੀਆ ਦਾ ਆਪਣੇ ਬੜਾ ਖਤਰਾ ਹੁੰਦਾ ਜਿਹੜੀਆਂ ਉਹਨਾਂ ਨੇ ਜਵੈਲਰੀ ਰੱਖੀ ਹੁੰਦੀ ਆ ਕਈ ਵੇਲੇ ਡੁਪਲੀਕੇਟ ਰੱਖੀ ਹੁੰਦੀ ਆ ਸਾਨੂੰ ਦਿਖਾਉਣ ਲਈ ਇੱਥੇ ਵੀ ਕੋਈ ਤਰ੍ਹਾਂ ਚੱਕਰ ਪੈਂਦਾ ਕੋਈ ਡਰ ਡੁੱਕਰ ਹੁੰਦਾ ਨਹੀਂ 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 ਇੱਥੇ ਡੁਪਲੀਕੇਟ ਵਾਲਾ ਕੋਈ ਕੰਮ ਨਹੀਂ ਹੈ ਅਤੇ ਉੱਦਾਂ ਵੈਸੇ ਸਿਕਿਉਰਟੀ ਵਾਈਜ਼ ਤੁਸੀਂ ਦੇਖ ਸਕਦੇ ਹਾਂ ਅਸੀਂ ਜਿੱਦਾਂ ਸਿਕਿਉਰਟੀ ਲਈ ਗਰਿੱਲਾਂ ਵਗੈਰਾ ਲਗਾਈ ਹਾਂ ਜੀ ਜੀ ਅਤੇ ਸਿਕਿਉਰਟੀ ਰੱਖਣੀ ਪੈਂਦੀ ਹੈ ਥੋੜ੍ਹਾ ਕੰਮ ਤਾਂ ਰਿਸਕੀ ਹੁੰਦਾ ਹੀ ਫਿਰ ਨਵੇਂ ਸ਼ਹਿਰ ਦੀ ਯਾਦ ਆਉਂਦੀ ਹੈ ਜੀ ਬਹੁਤ ਲੈ ਨਵੇਂ ਸ਼ਹਿਰ ਬਹੁਤ ਕਿੰਨੀ ਵਾਰ ਗੇੜਾ ਵੱਜ ਜਾਂਦਾ ਨਵੇਂ ਸ਼ਹਿਰ ਤਾਂ ਜਾਂਦੇ ਰਹੀਦਾ ਬੱਚੇ ਸਾਲ 'ਚ 3-4 ਵਾਰੀ ਜਾਏਗਾ ਬੱਚੇ ਇੱਥੇ ਰਹਿੰਦੇ ਬੱਚੇ ਇੱਥੇ ਹੀ ਆ ਇੱਥੇ ਜੰਮੇ ਪਲੇ ਆ ਅੱਛਾ ਜੀ ਡਾਕਟਰ ਆ ਮੇਰਾ ਬੇਟਾ ਅੱਛਾ ਜੀ ਤੇ ਪੀਪੀ ਬੱਤੀ ਦੇਖਦੇ ਹੁੰਦੇ ਫਿਰ ਪੀਪੀ ਬੱਤੀ ਦੇਖਦਾ ਹੁੰਦਾ ਅੱਛਾ ਕਿਹੜੀ ਖਬਰ ਸਭ ਤੋਂ ਵਧੀਆ ਲੱਗੀ ਕੋਈ ਯਾਦ ਹੋਵੇ ਤਾਂ ਖਬਰਾਂ ਸਾਰੀਆਂ ਯਾਦ ਆ ਨਵੇਂ ਸ਼ਹਿਰ ਦੀ ਜਦੋਂ ਤੁਸੀਂ ਘੁੰਮਦੇ ਹੁੰਦੇ ਆ ਰੇਲਵੇ ਰੋਡ ਜਾਂ ਕੋਠੀ ਰੋਡ ਜਾਂ ਆਪਣੇ ਬੰਗਾ ਰੋਡ ਜਿੱਥੇ ਵੀ ਤੁਸੀਂ ਘੁੰਮਦੇ ਹੁੰਦੇ ਬੜਾ ਬੜਾ ਅੱਛਾ ਲੱਗਦਾ ਸੋਹੋ ਰੋਡ ਵਧੀਆ ਲੱਗਦਾ ਕਿ ਰੇਲਵੇ ਰੋਡ ਵਧੀਆ ਲੱਗਦਾ ਜੀ ਉਹ ਰੇਲਵੇ ਰੋਡ ਲੈ ਰੇਲਵੇ ਰੋਡ ਵਧੀਆ ਸੋਹੋ ਰੋਡ ਹੁਣ ਤੁਹਾਡੇ ਟੋਏ ਨਹੀਂ ਸਾਡੇ ਤਾਂ ਟੋਏ ਬਹੁਤ ਆ ਜੀ ਦਹੀਂ ਖਾ ਕੇ ਉਹ ਲੱਸੀ ਬਣ ਜਾਂਦੀ ਤਾਂ ਵੀ ਚੰਗਾ ਲੱਗਦਾ ਜੀ ਤਾਂ ਵੀ ਚੰਗਾ ਲੱਗਦਾ ਆਪਣਾ ਦੇਸ਼ ਤਾਂ ਆਪਣਾ ਦੇਸ਼ ਹੈ ਆਪਣਾ ਹੀ ਹੈ ਤੇ ਉੱਥੇ ਕਿਸੇ ਯਾਰ ਦੋਸਤ ਨੂੰ ਕੋਈ ਸੁਨੇਹਾ ਦੇਣਾ ਚਾਹੋ ਯਾਰ ਦੋਸਤ ਢੱਲਾ ਸਾਹਿਬ ਹੈ ਆਪਣੇ ਸੂਰਜ ਜਵੈਲਰਸ ਮੰਗਲ ਜੀ ਹੈ ਆਪਣੇ ਬਾਵਾ ਗਾਰਮੈਂਟ ਵਾਲੇ ਅਤੇ ਸੈਣੀ ਸਾਹਿਬ ਆ ਉੱਥੇ ਆਪਣੇ ਬੈਂਕ 'ਚ ਕਰਦੇ ਕੰਮ ਹੋਰ ਆਪਣੇ ਪੁਰਾਣੇ ਯਾਰ ਦੋਸਤ ਨਵੇਂ ਸ਼ਹਿਰ ਜਿਹੜੇ ਪੜ੍ਹੇ ਸਾਰਿਆਂ ਨੂੰ ਹੈਲੋ ਸਾਰਿਆਂ ਨੂੰ ਨਮਸਤੇ ਠੀਕ ਹੈ ਅੰਕਲ ਬਹੁਤ ਵਧੀਆ ਸ਼ੁਕਰੀਆ ਥੈਂਕ ਯੂ